आ गया बाबे। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਕੰਬੋਜ ਰੈਕਰਡਸ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਨ ਔਜਲਾ ਦੇ ਬਾਰੇ ਬਹੁਤ ਹੀ ਵੱਡੀਆਂ ਅਪਡੇਟਸ ਵੇਖਣ ਨੂੰ ਮਿਲਣਗੀਆਂ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਆਪਣੇ ਫੇਵਰੇਟ ਸਿੰਗਰ ਦਾ ਨਾਮ ਜ਼ਰੂਰ ਲਿਖਿਓ। ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਨ ਔਜਲਾ ਦਾ ਚੂਗੋਂਡੂ ਗਾਣਾ ਸੁਪਰ ਡੁਪਰ ਹਿੱਟ ਹੋ ਚੁੱਕਿਆ ਹੈ। ਅਤੇ ਇਸ ਗਾਣੇ ਦੇ ਵਿੱਚ ਕਰਨ ਔਜਲਾ ਦੇ ਵੱਲੋਂ ਆਪਣੇ ਸਾਰੇ ਹੀ ਵਿਰੋਧੀਆਂ ਨੂੰ ਬਹੁਤ ਹੀ ਵੱਡੇ ਵੱਡੇ ਰਿਪਲਾਈ ਦਿੱਤੇ ਗਏ ਸੀ। ਅਤੇ ਹੁਣ ਕਰਨ ਔਜਲਾ ਦੇ ਹੇਟਰਾਂ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਸਟੋਰੀਆਂ ਸ਼ੇਅਰ ਕਰਕੇ ਕਰਨ ਔਜਲਾ ਨੂੰ ਰਿਪਲਾਈ ਕੀਤਾ ਜਾ ਰਿਹਾ ਹੈ। ਪਰ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਕਰਨ ਔਜਲਾ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਕਰਨ ਔਜਲਾ ਦੇ ਵੱਲੋਂ ਵੀ ਅੱਜ ਸਨੈਪਚੈਟ ਦੇ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ, ਜਿਸ ਦੇ ਵਿੱਚ ਲਿਖਿਆ ਗਿਆ ਹੈ ਕਹਿੰਦੇ ਮਿੱਤਰਾਂ ਦਾ ਗੁੱਟ ਫੜਨਾ, ਨਾਲ ਹੀ ਹਾਸੇ ਵਾਲਾ ਮੋਜੀ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਟੋਰੀ ਦੇ ਨਾਲ ਕਰਨ ਔਜਲਾ ਨੇ ਸਿੱਧਾ ਹੀ ਆਪਣੇ ਵਿਰੋਧੀਆਂ ਨੂੰ ਟਾਰਗੇਟ ਕੀਤਾ ਹੈ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਰਨ ਔਜਲਾ ਨੇ ਕਿਸ ਸਿੰਗਰ ਨੂੰ ਰਿਪਲਾਈ ਦਿੱਤਾ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਗੱਲ ਕਰ ਲੈਂਦੇ ਹਾਂ ਆਪਣੀ ਲਾਸਟ ਅਪਡੇਟ ਦੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਨ ਔਜਲਾ ਅਤੇ ਕਰਨ ਔਜਲਾ ਦੀ ਟੀਮ ਕਿਸੇ ਨਾ ਕਿਸੇ ਸਿੰਗਰ ਦੀ ਸਪੋਰਟ ਕਰਦੀ ਹੀ ਰਹਿੰਦੀ ਹੈ। ਅਤੇ ਉੱਥੇ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਐਮੀ ਵਿਰਕ ਦੀ ਇੱਕ ਬਾਲੀਵੁੱਡ ਮੂਵੀ ਆਉਣ ਵਾਲੀ ਹੈ, ਜਿਸ ਦਾ ਨਾਮ ਹੈ ਬੁੱਝ। ਅਤੇ ਇਸ ਫਿਲਮ ਦੇ ਵਿੱਚ 71 ਦੀ ਲੜਾਈ ਬਾਰੇ ਸਾਰਾ ਕੁਝ ਦੱਸਿਆ ਗਿਆ ਹੈ। ਅਤੇ ਇਹ ਮੂਵੀ ਹੌਟਸਟਾਰ ਦੇ ਉੱਤੇ ਰਿਲੀਜ਼ ਕੀਤੀ ਜਾਣੀ ਹੈ। ਅਤੇ ਇਸ ਦੀ ਹੀ ਸਪੋਰਟ ਕਰਦੇ ਹੋਏ ਸੰਦੀਪ ਰਿਹਾਨ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ। ਅਤੇ ਨਾਲ ਹੀ ਐਮੀ ਵਿਰਕ ਨੂੰ ਵੀ ਟੈਗ ਲਾਇਆ ਗਿਆ ਹੈ। ਬਾਕੀ ਇਦਾਂ ਦੀਆਂ ਹੀ ਹੋਰ ਵੱਡੀਆਂ ਅਪਡੇਟਸ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਉੱਤੇ ਜ਼ਰੂਰ ਕਲਿੱਕ ਕਰ ਲਿਓ, ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਚੰਗਾ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ।